ਨਾਲ ਅਕਾਲੀ ਦਲ ਨਹੀਂ ਖੜਾ ਹੋ ਸਕਦਾ। ਅਕਾਲੀ ਦਲ ਜਿਹੜਾ ਕੈਂਡੀਡੇਟ ਆ ਉਹਦੀ ਹਮਾਇਤ ਨਹੀਂ ਕਰ ਸਕਦਾ। ਅਸੀਂ ਉਹਦੀ ਹਮਾਇਤ ਅਕਾਲੀ ਦਲ ਦੀ ਜੋ ਹਾਈਕਮਾਂਡ ਆ, ਹਾਈਕਮਾਂਡ ਨੇ ਕਿਹਾ ਉਹਦੇ ਤਹਿਤ ਅਸੀਂ ਉਹਦੀ ਜਿਹੜੀ ਹਮਾਇਤ ਨਹੀਂ ਕਰਦੇ, ਨਾ ਹੀ ਅਕਾਲੀ ਦਲ ਉਹ ਅੱਜ ਤੋਂ ਕੈਂਡੀਡੇਟ ਆ, ਭਾਵੇਂ ਉਹਨੂੰ ਅਕਾਲੀ ਦਲ ਦਾ ਸਿੰਬਲ ਮਿਲਿਆ। ਇਹ ਹਾਈਕਮਾਂਡ ਦਾ ਹੁਕਮ ਹੈ, ਇਹਦੇ ਲਈ ਆਪ ਨੂੰ ਬੇਨਤੀ ਕਰਨਾ ਹੈ। ਅਸੀਂ ਜਿਹੜੇ ਨਾ ਕੇ ਪੀ ਸਾਹਿਬ ਦੀ ਸਲਾਹ ਲਈ ਗਈ, ਨਾ ਸਾਡੇ ਜੋ ਅਬਜ਼ਰਵਰ ਆ ਦੂਜੇ ਪੰਜਾਬ ਦੇ ਅਬਜ਼ਰਵਰ ਹੈਗੇ ਆ ਸਰਦਾਰ ਦੂਜੇ ਡਾਕਟਰ ਸੁਖਵਿੰਦਰ ਸੁੱਖੀ ਜੀ, ਉਹਨਾਂ ਦੀ ਪੂਰੀ ਸਲਾਹ ਲਈ ਗਈ। ਇੱਕ ਸਾਜਿਸ਼ ਤਹਿਤ ਬੀਬੀ ਜਗੀਰ ਕੌਰ ਅਤੇ ਬਟਾਲਾ ਸਾਹਿਬ ਨੇ ਇਹਨਾਂ ਨੂੰ ਕੈਂਡੀਡੇਟ ਅਨਾਊਂਸ ਕੀਤਾ। ਅਸੀਂ ਉਹਨਾਂ ਦੀ ਸਾਜਿਸ਼ ਨੂੰ ਦੇਖਿਆ ਕਿ ਅੱਜ ਉਹੀ ਵਿਰੋਧੀ ਧਿਰਾਂ ਦੇ ਹੱਥਾਂ ਵਿੱਚ ਜਿਹੜਾ ਕੈਂਡੀਡੇਟ ਖੇਲਦਾ ਪਿਆ, ਤਾਂ ਕਰਕੇ ਅਸੀਂ ਜਿਹੜੀ ਹੈ ਉਹਦੀ ਹਮਾਇਤ ਨਹੀਂ ਕਰਦੇ। ਅਕਾਲੀ ਦਲ ਇੱਕ ਅੱਧੇ ਦਿਨ ਦੇ ਵਿੱਚ ਸ਼੍ਰੋਮਣੀ ਅਕਾਲੀ ਦੂਜੇ ਹਾਈਕਮਾਂਡ ਦੇ ਨਾਲ ਸਲਾਹ ਕਰਕੇ ਤੁਹਾਨੂੰ ਕੱਲ੍ਹ ਨੂੰ ਦੱਸ ਦਿੱਤਾ ਜਾਵੇਗਾ ਕਿ ਕਿਸ ਪਾਰਟੀ ਦੀ ਅਸੀਂ ਹਮਾਇਤ ਕਰਨੀ। ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਲਿਸੀ ਹੈ, ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੇ ਖੜਾ ਤੇ ਸ਼੍ਰੋਮਣੀ ਅਕਾਲੀ ਦਲ ਨਾ ਕਿ ਆ ਬੀਜੇਪੀ ਨਾਲ ਭੁਪਿੰਦਰ ਸਾਹਿਬ ਦਾ ਕੱਲ੍ਹ ਦਾ ਹੀ ਬਿਆਨ ਹੈ ਕਿ ਨਾ ਅਸੀਂ ਸਮਝੌਤਾ ਕਰਾਂਗੇ ਤੇ ਨਾ ਹੁਣ ਸਮਝੌਤਾ ਕਰਨਾ, ਨਾ ਅੱਗੇ ਹੋਏਗਾ। ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀ ਜਿਹੜੇ ਹੈਗੇ ਆ ਬਾਗੀ ਖੜੇ ਆ, ਉਹਨਾਂ ਵਿੱਚ ਬਹੁਤ ਦੱਸਦੇ ਪਏ ਆ ਕਿ ਜਿਹੜੇ ਬੀਜੇਪੀ ਦੀ ਮੋਦੀ ਦਲ ਹੀ ਬਣ ਕੇ ਜਿਹੜਾ ਵਿਰੋਧੀ ਆ ਬਾਗੀ ਆ ਉਹ ਖੜੇ ਆ, ਤੇ ਜੇ ਬੀਜੇਪੀ ਨਾਲ ਜਿਹੜਾ ਸਾਂਝ ਪਾਉਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇਹ ਫੈਸਲਾ ਕਿ ਅਸੀਂ ਸਿਧਾਂਤਾਂ ਨੂੰ ਪਹਿਲ ਦੇਵਾਂਗੇ ਨਾ ਕਿ ਵੋਟ ਕਲਚਰ ਨੂੰ ਪਹਿਲ ਦੇਵਾਂਗੇ। ਦੇਖੋ ਜਦੋਂ ਉਹਨਾਂ ਦਾ ਏਜੰਡਾ ਜਿਹੜਾ ਵਿਰੋਧੀ ਹੋ ਜਾਏ, ਉਹ ਬਾਗੀ ਸੁਰ ਹੋ ਜਾਏ, ਫਿਰ ਅਸੀਂ ਉਹਨਾਂ ਦੇ ਨਾਲ ਹਾਈਕਮਾਂਡ ਨੇ ਮੈਨੂੰ ਨਹੀਂ ਪਤਾ ਕਿਉਂਕਿ ਮੇਰੀ ਪੋਸਟ ਜਿਹੜੀ ਆ ਉਹ ਛੋਟੀ ਹੈ, ਵੀ ਕੀ ਗੱਲਬਾਤ ਬਾਦਲ ਸਾਹਿਬ ਨਾਲ ਹੋਈ ਕਿ ਨਹੀਂ ਹੋਈ। ਪਰ ਉਹ ਜੋ ਕੱਲ ਜ਼ਿਲ੍ਹਾ ਅਕਾਲੀ ਜੱਥੇ ਦੀ ਜ਼ਿਲ੍ਹਾ ਅਕਾਲੀ ਜਿਹੜੇ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਸੀਗੇ ਉਹਨਾਂ ਦੀ ਮੀਟਿੰਗ ਸੀ, ਹਲਕਾ ਇੰਚਾਰਜ ਦੀ ਮੀਟਿੰਗ ਸੀ, ਇਹ ਕੋਈ ਵੀ ਜਿਹੜੇ ਆਪਣੇ ਆਪ ਨੂੰ ਬਾਗੀ ਕਹਾਉਂਦੇ ਉਹ ਕੋਈ ਨਹੀਂ ਪਹੁੰਚਿਆ। ਨਹੀਂ ਉਹਦੇ ਤੇ ਡੈਮੇਜ ਕੰਟਰੋਲ ਅੱਜ ਤੋਂ ਸ਼ੁਰੂ ਹੋ ਜਾਏਗਾ। ਜੇ ਕੱਲ੍ਹ ਤੋਂ ਆਪਣੇ ਆਪਾਂ ਕਿਸ ਪਾਰਟੀ ਦੀ ਮਦਦ ਕਰਨੀ ਹੈ ਉਹਦਾ ਪਤਾ ਲੱਗ ਜਾਏਗਾ। ਸਾਡਾ ਪੂਰੇ ਦੇ ਪੂਰੇ ਵਰਕਰ ਹਲਕਾ ਇੰਚਾਰਜ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਸ ਪਾਰਟੀ ਦੀ ਹਮਾਇਤ ਹਾਈਕਮਾਂਡ ਨੇ ਕੀਤੀ, ਅਸੀਂ ਉਹਦਾ ਪ੍ਰਚਾਰ ਕਰਾਂਗੇ ਦਿਨ ਰਾਤ, ਕਿਉਂਕਿ 10-12 ਦਿਨ ਰਹਿ ਗਏ। ਹਾਂਜੀ, ਹਾਈਕਮਾਂਡ ਦੀ ਸਲਾਹ ਮਸ਼ਵਰੇ ਨਾਲ ਹੀ ਆਪਾਂ ਜਿਹੜੀ ਅੱਜ ਗੱਲ ਕਹਿ ਰਹੇ। ਦੇਖੋ ਕਿ ਮੇਰੇ ਜਿਹੜੀ ਅਸਤੀਫੇ ਦੀ ਬਿਲਡਿੰਗ ਆ ਨਾ, ਮੇਰੇ ਨਾਲ ਪਰਮਜੀਤ ਰੇਰੂ ਆ, ਇਹਨੇ ਵੀ ਦਿੱਤਾ ਸੀ
ਅਸੀਂ ਜਿਹੜਾ ਅਸਤੀਫਾ ਦਿੱਤਾ ਸੀ ਅਸੀਂ ਦਿਨ ਰਾਤ ਕੀਤਾ ਸੀ, ਮਿਹਨਤ ਕੀਤੀ ਸੀ ਪਾਰਟੀ ਦੀ, ਪਰ ਪਾਰਟੀ ਦਾ ਉਹ ਸਾਨੂੰ ਰਿਜ਼ਲਟ ਨਹੀਂ ਦਿਸਿਆ। ਅਸੀਂ ਉਹਦੇ ਵਿੱਚ ਸ਼ਬਦ ਜਿਹੜਾ ਨੈਤਿਕਤਾ ਦੇ ਆਧਾਰ ਤੇ ਆਪਣੇ ਜ਼ਿੰਮੇਵਾਰ ਹੋਣ ਦੇ ਨਾਤੇ ਜਿਹੜਾ ਅਕਾਲੀ ਦਲ ਸਮੇਤ ਅਸਤੀਫਾ ਦਿੱਤਾ ਸੀ, ਨਾ ਕਿ ਅਕਾਲੀ ਦਲ ਤੋਂ ਦਿੱਤਾ ਸੀ। ਸਿਆਸਤ ਦੇ ਵਿੱਚ ਗੜਬੜੀ ਪੈਦਾ ਕਰੇਗਾ, ਕਿਤੇ ਕੋਈ ਕਮਜ਼ੋਰੀ ਹੈ।